ਜੈ ਸ਼੍ਰੀ ਰਾਮ ਜੀ। ਸਾਡੇ ਕੋਲ ਆਏ ਸਾਡੇ ਸ਼੍ਰੀ ਸਨਾਤਨ ਮੰਚ ਦੇ ਜਿੰਨੇ ਵੀ ਮੈਂਬਰ ਹੈ ਉਹਨਾਂ ਦਾ ਮੈਂ ਸਵਾਗਤ ਕਰਦਾ ਜੀ। ਤੁਸੀਂ ਮੇਰੇ ਆਫਿਸ ਆਏ ਹੋ। ਆ ਸਾਡਾ ਇੱਥੇ ਜਿਹੜਾ ਮੁੱਦਾ ਸੀਗਾ ਜੀ, ਮੇਨ ਜਿਹਦੇ ਕਰਕੇ ਅਸੀਂ ਇੱਥੇ ਇਕੱਠੇ ਹੋਏ ਹਾਂ, ਉਹ ਇਹ ਸੀਗਾ ਕਿ ਅਸੀਂ ਸਨਾਤਨ ਜਿੰਨੇ ਵੀ ਸਨਾਤਨੀ ਹੈ ਇਹਨਾਂ ਨੇ ਆਪਣੇ ਘਰ ਦੇ ਉੱਪਰ ਜਦੋਂ ਸ਼੍ਰੀ ਰਾਮ ਜੀ ਦੀ ਜਨਮ ਭੂਮੀ ਦਾ ਹੋਇਆ ਸੀਗਾ ਉਤਸਵ, ਉਦੋਂ ਅਸੀਂ ਬੜੇ ਚਾਵਾਂ ਨਾਲ ਅਸੀਂ ਜੀ ਉੱਥੇ ਝੰਡੇ ਲਗਾਏ ਆ ਆਪਣੇ ਛੱਤਾਂ ਦੇ ਉੱਪਰ, ਆਪਣੀਆਂ ਦੁਕਾਨਾਂ ਦੇ ਉੱਪਰ। ਬਹੁਤ ਵਧੀਆ ਉਤਸਵ ਸੀਗਾ ਜਿਹਨੂੰ ਅਸੀਂ ਭੁਲਾ ਨਹੀਂ ਸਕਦੇ, ਜਿਹੜਾ ਵਾਰ ਵਾਰ ਸਾਨੂੰ ਯਾਦ ਵੀ ਆਉਂਦਾ, ਹਾਂਜੀ, ਜਿਹੜੇ ਸਾਡੇ ਮਨ 'ਚ ਵਸਿਆ। ਅੱਜ ਇੱਥੇ ਇਕੱਤ੍ਰਿਤ ਹੋਣ ਦਾ ਮੇਨ ਰੀਜ਼ਨ ਇਹ ਸੀਗਾ ਜੀ ਕਿ ਜਿਹੜੇ ਉਹ ਝੰਡੇ ਹੈ, ਜੇਕਰ ਉਹ ਵਾਤਾਵਰਨ ਦੇ ਨਾਲ ਉਹ ਖਰਾਬ ਹੋ ਚੁੱਕੇ ਹੈ, ਕਾਫੀ ਪੁਰਾਣੇ ਹੋ ਗਏ ਹੈ, ਚਾਰ ਚਾਰ ਪੰਜ ਪੰਜ ਮਹੀਨੇ ਹੋ ਗਏ ਹੈ, ਛੇ ਛੇ ਮਹੀਨੇ ਹੋ ਗਏ ਹੈ, ਅਤੇ ਕਈ ਵਾਰੀ ਅਸੀਂ ਨਿਕਲਦੇ ਹਾਂ ਬਾਜ਼ਾਰ ਨਿਕਲਦੇ ਹਾਂ ਗਲੀਆਂ 'ਚ ਨਿਕਲਦੇ ਹਾਂ ਅਤੇ ਵੇਖਦੇ ਹਾਂ ਕਿ ਉਹ ਝੰਡੇ ਜਿਹੜੇ ਹੈ ਉਹ ਬਦਲਣ ਵਾਲੇ ਹੋ ਗਏ ਹੈ, ਪੁਰਾਣੇ ਪਰਵਾਨ ਵਾਲੇ ਹੋ ਗਏ ਹੈ। ਜੋ ਸਾਡੀ ਧਾਰਮਿਕ ਵਿਰਤੀ ਹੈ ਕਿ ਪੁਰਾਣੀ ਜਿਹੜੀ ਚੀਜ਼ ਜਿਹੜੀ ਭਗਵਾਨ ਜੀ ਦੀ ਹੁੰਦੀ ਹੈ ਉਹਨੂੰ ਅਸੀਂ ਜਲ ਪ੍ਰਵਾਹ ਕਰਦੇ ਹਾਂ ਅਤੇ ਨਵੀਂ ਅਸੀਂ ਉੱਥੇ ਧਾਰਨ ਕਰਵਾਉਂਦੇ ਜਿਹੜੀ ਉਹਨਾਂ ਦੀ ਜਗ੍ਹਾ ਹੁੰਦੀ ਹੈ। ਅਤੇ ਉਸ ਵਿਸ਼ੇ 'ਚ ਅਸੀਂ ਅੱਜ ਇੱਕ ਸਮਾਜ ਨੂੰ ਥੋੜ੍ਹਾ ਸੁਨੇਹਾ ਦੇਣ ਆਏ ਸੀਗੇ। ਵੈਸੇ ਤਾਂ ਅਸੀਂ ਆਪ ਵੀ ਸੁਨੇਹੇ ਦੇ ਪਾਤਰ ਹੀ ਹਾਂ, ਕਿਉਂਕਿ ਗਲਤੀਆਂ ਸਾਡੇ ਕੋਲ ਵੀ, ਅਸੀਂ ਵੀ ਐਸੇ ਸਮਾਜ ਦੇ ਪਾਤਰ ਹੀ ਹਾਂ, ਹੋ ਸਕਦਾ ਅਸੀਂ ਵੀ ਇਹ ਗਲਤੀਆਂ ਕਰਦੇ ਹੋਈਏ। ਅਤੇ ਇਹਦੇ ਉੱਤੇ ਅਸੀਂ ਅੱਜ ਇਕੱਤ੍ਰਿਤ ਹੋਏ ਸੀਗੇ ਕਿ ਜਿਹੜੀਆਂ ਗਲਤੀਆਂ ਹੋ ਰਹੀਆਂ ਜਾਂ ਬਾਕੀ ਕਰ ਰਹੇ ਆ ਉਹਨੂੰ ਸੁਧਾਰਿਆ ਜਾਏ। ਅਤੇ ਅਸੀਂ ਇੱਕ ਮੁਹਿੰਮ ਜਿਹੜੀ ਹੈ ਉਹ ਸ਼੍ਰੀ ਸਨਾਤਨ ਮੰਚ ਜਾਗਰਣ ਮੰਚ ਨਾਲ ਮਿਲ ਕੇ ਹੈ ਚਲਾਉਣੀ ਚਾਹੁੰਦੇ ਹਾਂ ਕਿ ਜਿਹੜੇ ਝੰਡੇ ਹੈ ਉਹ ਕੋਸ਼ਿਸ਼ ਕਰਦੇ ਹਾਂ ਅਸੀਂ ਬਾਜ਼ਾਰਾਂ 'ਚ ਜਾ ਕੇ ਬਦਲੀਏ। ਅਤੇ ਇੱਕ ਸੁਨੇਹਾ ਵੀ ਦੇਣਾ ਚਾਹੁੰਦੇ ਹਾਂ ਕਿਉਂਕਿ ਕਦੀ ਵੀ ਕੋਈ ਇੱਕ ਮੰਚ, ਕਦੀ ਵੀ ਕੋਈ ਇੱਕ ਇਨਸਾਨ 'ਤੇ ਇਹ ਕੰਮ ਨਹੀਂ ਕਰ ਸਕਦਾ, ਪਰ ਇੱਕ ਸੋਚ ਜਿਹੜੀ ਹੈ ਉਹ ਸਾਰਾ ਸ਼ਹਿਰ ਹਿਲਾ ਦਿੰਦੀ ਹੈ, ਸਾਰਾ ਸੰਸਾਰ ਹਿਲਾਉਣ ਨੂੰ ਵੀ ਉਹ ਕਾਇਮ ਹੁੰਦੀ ਹੈ ਜੀ। ਅਤੇ ਮੇਰੀ ਇੱਕ ਸਾਰਿਆਂ ਨੂੰ ਆਗ੍ਰਹਿ ਹੈ ਸ਼ਹਿਰ ਵਾਸੀਆਂ ਨੂੰ ਕਿ ਆਪਣੇ ਆਪਣੇ ਜਿਹੜੇ ਸ਼੍ਰੀ ਰਾਮ ਪਰਿਵਾਰ ਦੇ ਸ਼੍ਰੀ ਹਨੂੰਮਾਨ ਜੀ ਦੇ ਜੇ ਤੁਸੀਂ ਧਵਜ ਲਹਿਰਾਉਂਦੇ ਪਏ ਆ ਉਹ ਸਾਰੇ ਇੱਕ ਵਾਰੀ ਚੇਂਜ ਕਰੀਏ। ਅਤੇ ਉਹਦੇ ਵਾਸਤੇ ਜੋ ਅਸੀਂ ਸ਼ੁਰੂ ਕਰ ਰਹੇ ਹਾਂ ਇਹਦੇ ਵਾਸਤੇ ਵੀ ਸਾਨੂੰ ਤੁਹਾਡੇ ਵੱਲੋਂ ਆਸ਼ੀਰਵਾਦ ਮਿਲੇ ਸਾਰਿਆਂ ਵੱਲੋਂ ਕਿ ਅਸੀਂ ਜਿਹੜੀ ਆ ਮੁਹਿੰਮ ਲੈ ਕੇ ਚੱਲੇ ਹਾਂ ਇਹਨੂੰ ਅਸੀਂ ਆਪਣੇ ਪੂਰੇ ਕਾਰਕ੍ਰਮ ਨਾਲ ਕਾਮਯਾਬ ਕਰ ਸਕੀਏ। ਅਤੇ ਸਾਡੀ ਸੰਸਥਾ ਨੂੰ ਵੀ ਭਗਵਾਨ ਜੀ ਹੈ ਬਲ ਬਖਸ਼ਣ ਕਿ ਜੋ ਅਸੀਂ ਅੱਜ ਇਹ ਮੁੱਦਾ ਬੇੜਾ ਚੁੱਕਿਆ ਇਹਨੂੰ ਅਸੀਂ ਆਪਣੇ ਮੋਢਿਆਂ 'ਤੇ ਜੱਟ ਲੈ ਪੂਰੇ ਜੈ ਜੈਕਾਰ ਹੋਏ ਜੀ। ਜੈ ਸ਼੍ਰੀ ਰਾਮ ਜੀ। ਸ਼੍ਰੀ ਰਾਮ। ਜੈ ਸ਼੍ਰੀ ਰਾਮ। ਅੱਜ ਸ਼੍ਰੀ ਸਨਾਤਨ ਜਾਗਰਣ ਮੰਚ ਦੇ ਤਕਰੀਬਨ ਸਾਰੇ ਮੈਂਬਰ ਸ਼੍ਰੀ ਗਗਨ ਜੀ ਦੇ ਆਫਿਸ 'ਚ ਅੱਜ ਇਕੱਠੇ ਹੋਏ ਹਾਂ ਅਸੀਂ। ਬਹੁਤ ਵਧੀਆ ਵਧੀਆ ਸੁਝਾਅ ਮਿਲਦੇ ਨੇ ਕਈ ਵਾਰੀ ਜਦੋਂ ਅਸੀਂ ਬੈਠੇ ਹੁੰਦੇ ਹਾਂ ਸੰਸਥਾਵਾਂ ਤੋਂ ਹੀ। ਇੱਕ ਇਸ ਤਰ੍ਹਾਂ ਦਾ ਸੁਝਾਅ ਸਾਨੂੰ ਗਗਨ ਜੀ ਨੇ ਵੀ ਦੱਸਤਾ ਕਿ ਅਸੀਂ ਜਿਹੜੇ ਆਪਣੇ ਧਵਜ ਨੇ ਜਿਹੜੇ ਅਸੀਂ ਸ਼ੋਭਾ ਯਾਤਰਾ ਦੇ ਵਿੱਚ ਅਸੀਂ ਆਪਣੇ ਦੁਕਾਨਾਂ 'ਤੇ ਜਾਂ ਅਸੀਂ ਆਪਣੇ ਘਰਾਂ ਦੇ ਵਿੱਚ ਜਾਂ ਆਪਣੇ ਕਿਸੇ ਚੌਂਕਾਂ ਦੇ ਵਿੱਚ ਲਗਾ ਰਹੇ ਹਾਂ ਜਾਂ ਲਗਾਏ ਹੋਏ ਨੇ, ਉਹਨਾਂ ਵਿੱਚੋਂ ਕਾਫੀ ਧਵਜ ਜਿਹੜੇ ਆ ਉਹ ਖੰਡਿਤ ਹੋ ਚੁੱਕੇ ਨੇ। ਸੋ ਅਸੀਂ ਉਹਦੇ 'ਤੇ ਵਿਚਾਰ ਕਰਕੇ ਹੀ ਇੱਕ ਮੁਹਿੰਮ ਚਲਾ ਰਹੇ ਹਾਂ ਕਿ ਜਿਹਦੇ ਵਿੱਚ ਅਸੀਂ ਪੁਰਾਣੇ ਜਿਹੜੇ ਧਵਜ ਹੈ ਉਹਨਾਂ ਨੂੰ ਆਦਰ ਪੂਰਵਕ ਉਤਾਰ ਕੇ ਉਹਦੀ ਜਗ੍ਹਾ 'ਤੇ ਅਸੀਂ ਨਵੇਂ ਧਵਜ ਜਿਹੜੇ ਆ ਉਹ ਰਿਪਲੇਸ ਕਰਾਂਗੇ। ਇਹਦੇ ਵਿੱਚ ਅਸੀਂ ਸ਼ਹਿਰ ਵਾਸੀਆਂ ਨੂੰ ਵੀ ਅਸੀਂ ਇਹੀ ਅਪੀਲ ਕਰਾਂਗੇ ਕਿ ਆਪਣੇ ਤੌਰ 'ਤੇ ਵੀ ਜਿੱਥੇ ਕਿਤੇ ਅਸੀਂ ਨਹੀਂ ਵੀ ਪਹੁੰਚ ਸਕਦੇ ਜਾਂ ਤਾਂ ਸਾਨੂੰ ਸੂਚਿਤ ਕਰਨ 'ਤੇ ਜਾਂ ਉਹ ਆਪ ਹੀ ਇਹਨੂੰ ਲਾ ਕੇ ਅਤੇ ਉਹਦੀ ਜਗ੍ਹਾ 'ਤੇ ਨਵੇਂ ਧਵਜ ਜਿਹੜੇ ਆ ਉਹ ਉੱਥੇ ਲਗਾਉਣ।
ਇਸ ਲਈ ਅਸੀਂ ਉਹਨਾਂ ਦੇ ਬਹੁਤ ਆਭਾਰੀ ਹੋਵਾਂਗੇ। ਸੋ ਇਹਦੇ ਵਿੱਚ ਅਸੀਂ ਅੱਜ ਇੱਕ ਮੁਹਿੰਮ ਸਟਾਰਟ ਕੀਤੀ ਹੈ, ਅੱਜ ਤੋਂ ਹੀ ਅਸੀਂ ਕਰ ਰਹੇ ਹਾਂ। ਜਿੰਨੀਆਂ ਵੀ ਦੁਕਾਨਾਂ ਵੈਂ ਅਸੀਂ ਸਾਰਿਆਂ ਦੇ ਡੋਰ ਟੂ ਡੋਰ ਜਾਵਾਂਗੇ, ਔਰ ਜਿੱਥੇ ਅਸੀਂ ਨਹੀਂ ਵੀ ਪਹੁੰਚ ਪਾਉਂਦੇ ਉੱਥੇ ਅਸੀਂ ਪ੍ਰੈਸ ਮੀਡੀਆ ਦੇ ਰਾਹੀਂ ਅਸੀਂ ਇੱਕ ਸਾਰਿਆਂ ਨੂੰ ਸੂਚਿਤ ਕਰਨਾ ਚਾਹੁੰਦੇ ਹਾਂ, ਸਾਰਿਆਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਇਹਦੇ ਵਿੱਚ ਵੱਧ ਤੋਂ ਵੱਧ ਜਿੰਨੀ ਵੀ ਜਲਦੀ ਹੋ ਸਕਦਾ ਵੈ ਅਸੀਂ ਇਹਨੂੰ ਉਤਾਰ ਕੇ ਇੱਕ ਅੱਛਾ ਮੈਸੇਜ ਜਿਹੜਾ ਵੈ ਉਹ ਮਤਲਬ ਆਪਣੇ ਸਮਾਜ ਨੂੰ ਦਈਏ। ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ। ਸੋ ਜੀ, ਅੱਜ ਸ਼੍ਰੀ ਸਨਾਤਨ ਜਾਗਰਣ ਮੰਚ ਦੀ ਟੀਮ ਵੱਲੋਂ ਇੱਕ ਲੋਕਾਂ ਨੂੰ ਸੰਦੇਸ਼ ਵੀ ਹੈ ਅਤੇ ਇੱਕ ਉਪਰਾਲਾ ਵੀ ਕਰਨ ਜਾ ਰਹੇ ਹਾਂ ਵੀ ਜਿਹੜੇ ਆਪਾਂ 22 ਜਨਵਰੀ ਨੂੰ ਰਾਮ ਜਨਮ ਜੀ ਦੇ ਪ੍ਰਾਣ ਪ੍ਰਤਿਸ਼ਠਾ ਦੇ ਮੌਕੇ 'ਤੇ ਆਪਾਂ ਆਪਣੇ ਕੋਠਿਆਂ 'ਤੇ ਦੁਹਾਜ ਲਗਾਏ ਸੀ, ਦੁਕਾਨਾਂ 'ਤੇ ਦੁਹਾਜ ਲਾਏ ਸੀਗੇ, ਉਹ ਦੁਹਾਜ ਤਕਰੀਬਨ ਅਸੀਂ ਲੰਘਣੇ ਹਾਂ ਜਾਂ ਕੋਈ ਲੋਕਾਂ ਦੀ ਛੱਤਾਂ 'ਤੇ ਵੀ ਦੇਖਣੇ ਹਾਂ, 80% ਦੁਹਾਜ ਜਿਹੜੇ ਨੇ ਉਹ ਖੰਡਿਤ ਹੋ ਚੁੱਕੇ ਦੇ ਨੇ। ਮੈਂ ਲੋਕਾਂ ਦੇ ਅੱਗੇ ਅਪੀਲ ਕਰਨੀ ਚਾਹਾਂਗਾ ਵੀ ਅਸੀਂ ਲੋਕਾਂ ਦੀ ਆਪਣੀ ਜ਼ਿੰਮੇਵਾਰੀ ਬਣਦੀ ਆ ਵੀ ਅਸੀਂ ਆਪਣੇ ਘਰ ਨੂੰ ਬੜੀ ਜ਼ਿੰਮੇਵਾਰੀ ਦੇ ਨਾਲ ਪੇਂਟ ਕਰਾਉਂਦੇ ਹਾਂ, ਸਭ ਕੁਝ ਕਰਾਉਂਦੇ ਹਾਂ, ਸਾਡੀ ਉਸੇ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੇ ਅਸੀਂ ਆਪਣੀਆਂ ਛੱਤਾਂ 'ਤੇ ਦੁਹਾਜ ਲਗਾਏ ਨੇ ਉਹ ਵੀ ਚੇਂਜ ਕਰਨਾ ਸਾਡੀ ਹੀ ਜ਼ਿੰਮੇਵਾਰੀ ਆ, ਔਰ ਉਹਨਾਂ ਦੁਹਾਜਾਂ ਨੂੰ ਚੇਂਜ ਕੀਤਾ ਜਾਵੇ। ਔਰ ਸਨਾਤਨ ਜਾਗਰਣ ਮੰਚ ਨੇ ਇਹ ਜ਼ਿੰਮੇਵਾਰੀ ਵੀ ਲਈ ਆ, ਬਸ ਜੇ ਕੋਈ ਨਹੀਂ ਚੇਂਜ ਕਰ ਸਕਦਾ ਉਹ ਸਨਾਤਨ ਜਾਗਰਣ ਮੰਚ ਦੀ ਟੀਮ ਕੋਲੋਂ ਦੁਹਾਜ ਲੈ ਸਕਦਾ ਵਾ, ਅਸੀਂ ਉਸ ਦੁਹਾਜ ਨੂੰ ਆਪ ਚੇਂਜ ਕਰੇ ਜੇ ਸਾਨੂੰ ਕਹੇਗਾ ਤਾਂ ਅਸੀਂ ਕਰ ਦਿਆਂਗੇ। ਔਰ ਅਸੀਂ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਮੁਹਿੰਮ ਹੈ ਅੱਜ ਹਨੂੰਮਾਨ ਚੌਂਕ ਤੋਂ ਸ਼ੁਰੂ ਕਰਾਂਗੇ, ਹਨੂੰਮਾਨ ਚੌਂਕ ਤੋਂ ਦੁਹਾਜ ਚੇਂਜ ਕਰਾਂਗੇ, ਔਰ ਆਉਂਦੇ ਸੰਡੇ ਤੱਕ ਤਕਰੀਬਨ ਜਿੰਨੇ ਵੀ ਦੁਹਾਜ ਨੇ ਉਹ ਚੇਂਜ ਕਰ ਦਿਆਂਗੇ।